ਹੁਣ ਇਹਨਾਂ ਬਜ਼ੁਰਗਾਂ ਨੂੰ ਆਪਣਾ ਪੁੱਤ ਦੇ ਭਰਾਵਾਂ ਨੂੰ ਉਹਨਾਂ ਦਾ ਭਰਾ ਮਿਲਿਆ ਲੀਡਰਾਂ ਵਾਲਾ ਕੋਈ ਗੱਲਬਾਤ ਨਹੀਂ ਇਹ ਕੁਛ ਨਹੀਂ ਮੰਗਦੇ ਇਹ ਮੰਗਦੇ ਇੱਕ ਚੰਗਾ ਸਿਸਟਮ हलका बटाला तो आम आदमी पार्टी के उम्मीदवार अमन शेर सिंह शैरी कलसी ने अज वख-वख पिंडां दे चोण प्रचार दौरान अकाली अते कांग्रेस पार्टी नूं अलविदा कह के आए सैकड़ों की गिनती विच लोकां नूं संबोधन किया। आप मुहारे कठ ने विरोधियों नूं चित करके रख दिता। इस मौके ते वोटरां ने कहा कि हज़ारां की गिनती विच बहुमत नाल जितावांगे। उन्हां ने कहा कि आजादी तो बाद दोवें पार्टियां वारी वारी वोटरां नूं गुमराह करके लुटदियां आ रही ने। इस बार तीजी धिर नूं जिता के नवा इतिहास सिरजणगे। ब्यूरो रिपोर्ट फाइनल स्टैप न्यूज। धन्यवाद जी। वाहेगुरु जी का खालसा, वाहेगुरु जी की फतेह। हालेलुया। इस फौजा आ गई सर्दियां सारिया तकड़े हो जाओ। सारी सेंटर उथों दी जेलां दे इक सिपाही दी बदली भी केजरीवाल नहीं कर सकदा। ये रिहाई दी गल्लां करदे ने, उहनूं बदनाम करन दी कोशिश करदे ने। ते असल दे विच झाड़ू आया तो हम डरते ने, बहाने लगते ने, पर हम गल्लां नहीं चलनिया, हम बातां नहीं चलनिया। पर मैं एक सवाल इन्हां नूं करदा, जदों उन्हूं अंदर दिता गया, जदों उन्हां नूं रिहाई नहीं दिती गई, जदों उन्हां दे परचे पाए गए, उदों सरकारां कहिंदियां दियां सी ਸੁਖਬੀਰ ਬਾਦਲ, ਇਹ ਵੱਡਾ ਬਾਦਲ, ਇਹ ਸਿਮਰਜੀਤ ਕੌਰ ਬਾਦਲ। ਜਦੋਂ ਮੋਦੀ ਨੇ ਕਿਸਾਨਾਂ ਦੇ ਬਿੱਲ ਪਾਸ ਕੀਤੇ ਸੀ ਨਾ, ਉਦੋਂ ਕਹਿੰਦੇ ਸੀ ਵੀ ਮੋਦੀ ਸਾਹਿਬ ਨੇ ਬਹੁਤ ਵਧੀਆ ਕਾਨੂੰਨ ਪਾਸ ਕੀਤੇ ਨੇ, ਕਹਿੰਦੇ ਸੀ ਕਿ ਨਹੀਂ ਕਹਿੰਦੇ। ਪਰ ਜਦੋਂ ਥੱਲੇ ਜਨਤਾ ਨਿਕਲ ਗਈ ਇਹਨਾਂ ਦੇ ਵੱਲੋਂ, ਉਹਨਾਂ ਨੇ ਵੇਖਿਆ ਵੀ ਹੋਰ ਇਹ ਨਾ ਹੋਵੇ ਵੀ ਲੋਕ ਸਾਨੂੰ ਪਿੰਡਾਂ ਚ ਨਾ ਬਣਦੇ ਨਾਲ ਹੀ ਬੀਜੇਪੀ ਨਾਲ ਸਮਝੌਤਾ ਛੱਡ ਦਿੱਤਾ। ਉਹ ਡਰਦੇ ਨੇ ਇਹਨਾਂ ਤੋਂ ਜਨਤਾ। ਇੱਕ ਮੌਕਾ ਆਪਣੇ ਆਪ ਨੂੰ, ਇੱਕ ਮੌਕਾ ਚਾਲੂ ਵਾਲਿਆਂ ਨੂੰ। ਧੰਨਵਾਦ ਜੀ ਸਾਰੇ ਬੰਦੇ। ਅਸੀਂ ਅੱਜ ਪਹੁੰਚ ਚੁੱਕੇ ਹਾਂ ਬਟਾਲਾ ਹਲਕੇ ਦੇ ਪਿੰਡਾਂ ਦੇ ਵਿੱਚ, ਜਿੱਥੇ ਅਮਨ ਸ਼ੇਰ ਸਿੰਘ ਸ਼ਹਿਰੀ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ। ਅੱਜ ਭਰਵੇਂ ਇਕੱਠ ਨੂੰ ਉਹਨਾਂ ਨੇ ਸੰਬੋਧਨ ਕੀਤਾ। ਲੋਕਾਂ ਦਾ ਆਹ ਮੁਹਾਰੇ ਹਜੂਮ ਜਿਹੜਾ ਉਹ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਆਹ ਮੁਹਾਰੇ ਹਜੂਮ ਜਿਹੜਾ ਉਹ ਇਕੱਠਾ ਹੋਇਆ। ਅੱਜ ਆਪਾਂ ਅਮਨ ਸ਼ੇਰ ਸਿੰਘ ਸ਼ਹਿਰੀ ਨਾਲ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦਾ ਲੋਕਾਂ ਦੇ ਵਿੱਚ ਜਿਹੜਾ ਪਿਆਰ ਤੁਹਾਨੂੰ ਮਿਲਿਆ, ਕਿਸ ਤਰ੍ਹਾਂ ਮਹਿਸੂਸ ਹੋ ਰਿਹਾ। ਦੇਖੋ ਜੀ, ਅੱਗੇ ਤੇ ਸਾਡੇ ਲੋਕਾਂ ਨੂੰ ਲੀਡਰ ਮਿਲੇ ਸੀ, ਉਹ ਵੋਟਾਂ ਮੰਗਦੇ ਸੀ, ਉਹ ਤੋਂ ਬਾਅਦ ਚਲੇ ਜਾਂਦੇ ਸੀ। ਹੁਣ ਇਹਨਾਂ ਬਜ਼ੁਰਗਾਂ ਨੂੰ ਆਪਣਾ ਪੁੱਤ ਦੇ ਭਰਾਵਾਂ ਨੂੰ ਉਹਨਾਂ ਦਾ ਭਰਾ ਮਿਲਿਆ ਲੀਡਰਾਂ ਵਾਲਾ ਕੋਈ ਗੱਲਬਾਤ ਨਹੀਂ। ਇਸ ਸਮੇਂ ਜੋ ਹਾਲਾਤ ਨੇ, ਆਪ ਮੁਹਾਰੇ ਇੱਕ ਸੋਚ ਨਵੀਂ, ਬਦਲਾ ਨਵਾਂ, ਤੇ ਨਵੇਂ ਜਿਹੜੇ ਕਹਿ ਸਕਦੇ ਆ ਸਾਡੇ ਵਰਗੇ ਚੌਂਕੀਦਾਰ ਜਾਂ ਲੀਡਰ ਨਹੀਂ ਕਹਿੰਦੇ ਆਪਣੇ ਆਪ ਨੂੰ, ਮਾਣ ਸਤਿਕਾਰ ਪਿਆਰ ਬਹੁਤ ਜ਼ਿਆਦਾ ਮਿਲ ਰਿਹਾ। ਔਰ ਮੈਂ ਆਸ ਕਰਦਾ ਇਹ ਲੋਕ ਕੋਈ ਦੋ ਨੰਬਰ ਦਾ ਕੰਮ ਨਹੀਂ ਮੰਗਦੇ। ਤੇ ਕਹਿੰਦੇ ਨੇ ਸਾਡੀ ਜ਼ਿੰਦਗੀ ਜਿਹੜੀ ਆ ਵਧੀਆ ਬਤੀਤ ਕਰਨ ਦਿਓ, ਸਾਨੂੰ ਸ਼ਾਂਤੀ ਚਾਹੀਦੀ ਆ, ਆਹ ਸੜਕਾਂ ਗਲੀਆਂ ਨਾਲੀਆਂ ਜਿਹੜੀਆਂ ਨੇ ਇਹਨਾਂ ਤੋਂ ਉੱਠ ਜਾਣਾ ਚਾਹੁੰਦੇ ਨੇ। ਉਹ ਚਾਹੁੰਦੇ ਨੇ ਵੀ ਵਧੀਆ ਜਿਤਨਾ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਕਰਕੇ ਵਿਖਾ ਲਿਆ, ਅੱਜ ਸਾਡੇ ਪੰਜਾਬ ਵਾਲੇ ਆਸ ਦੀ ਕਰਨ 'ਚ ਨੇ ਜਿਤਨਾ ਦਿੱਲੀ 'ਚ ਲੋਕ ਸੁਖੀ ਨੇ, ਪੰਜਾਬ 'ਚ ਲੋਕ ਸੁਖੀ ਹੋਣਾ ਚਾਹੁੰਦੇ ਨੇ। ਜਿਸ ਤਰੀਕੇ ਦੇ ਨਾਲ ਜਿੰਨੀਆਂ ਵੀ ਸਰਕਾਰਾਂ ਪਿਛਲੀਆਂ ਆਈਆਂ ਉਹਨਾਂ ਨੇ ਆਪ ਮਨਮਾਨੀਆਂ ਵੀ ਕੀਤੀਆਂ, ਔਰ ਲੋਕਾਂ ਨੂੰ ਪਹਿਲਾਂ ਵੋਟਾਂ ਦੇ ਵਿੱਚ ਝਾਸਾ ਦੇ ਕੇ ਅਤੇ ਬਾਅਦ ਦੇ ਵਿੱਚ ਉਹ ਰੂਪ ਆਪਣਾ ਜਿਹੜਾ ਬਦਲ ਲੈਂਦੇ ਸੀ, ਅਤੇ ਹੁਣ ਤੁਸੀਂ ਲੋਕਾਂ ਦੀ ਕਚਹਿਰੀ ਵਿੱਚ ਜਾ ਰਹੇ ਹੋ, ਤਾਂ ਤੁਹਾਨੂੰ ਲੋਕਾਂ ਵੱਲੋਂ ਕਿੱਦਾਂ ਦਾ ਸਹਿਯੋਗ ਮਿਲ ਰਿਹਾ? ਦੇਖੋ ਜੀ, ਮੈਨੂੰ ਜਿਹੜਾ ਸਹਿਯੋਗ ਆ, ਆਹ ਤੁਸੀਂ ਆਏ ਹੋ, ਮੈਨੂੰ ਨਹੀਂ ਪਤਾ ਤੁਸੀਂ ਆਉਣਾ ਹੀ ਜਾਂ ਨਹੀਂ ਆਉਣਾ, ਤੁਸੀਂ ਆਪ ਹੀ ਦੇਖਿਆ ਇਹ ਪਿਆਰ ਹੈ। ਮੈਂ ਸਲੂਟ ਕਰਦਾ ਜੀ। ਦੇਖੋ, ਅਸੀਂ ਆ ਇੱਕ ਆਮ ਪਰਿਵਾਰਾਂ ਦੇ ਵਿੱਚੋਂ, ਸਾਡੇ ਕੋਲ ਨਾ ਤੇ ਜ਼ਿਆਦਾ ਪੈਸਾ ਤੇ ਨਾ ਹੀ ਆ ਸਾਡੇ ਮਗਰ ਜਿਹੜੇ ਆਉਂਦੇ ਨੇ ਨਾ,
ਇਹ ਮੋਟਰਸਾਈਕਲਾਂ ਦੇ ਵਿੱਚ ਤੇਲ ਵੀ ਆਪ ਭਰਾਉਂਦੇ ਨੇ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਜਿੱਥੇ ਸਾਡਾ ਦਾਲ ਫੁਲਕਾ ਚੱਲਦਾ ਨਾ ਉੱਥੇ ਕਦੀ ਕੋਈ ਆਟਾ ਦੇ ਜਾਂਦਾ ਕਦੀ ਕੋਈ ਮਾਵਾਂ ਦੀ ਦਾਲ ਰੱਖ ਜਾਂਦਾ ਸੋ ਮਾਣ ਸਤਿਕਾਰ ਪਿਆਰ ਆ ਇਹ ਕੁਛ ਨਹੀਂ ਮੰਗਦੇ ਇਹ ਮੰਗਦੇ ਇੱਕ ਚੰਗਾ ਸਿਸਟਮ ਮੰਗਦੇ ਨੇ ਜੋ ਇਹਨਾਂ ਨੇ ਅਕਾਲੀ ਦਲ ਵੀ ਵੇਖ ਲਿਆ ਕਾਂਗਰਸ ਵੀ ਵੇਖ ਲਈ ਬੀਜੇਪੀ ਵੀ ਵੇਖ ਲਈ ਹੁਣ ਆਮ ਆਦਮੀ ਪਾਰਟੀ